ਐਵੇਂ ਨਾ ਕਰਤੀ ਮੰਮੀ। ਚਲੋ ਹੁਣ ਹੋ ਗਈ ਹੈ ਨਾ ਗੱਲ, ਚਲੋ ਅੱਗੇ ਬੜਾ ਟਾਈਮ ਹੋ ਗਿਆ, ਕਰੋ ਗੱਡੀ ਸਟਾਰਟ। ਮੇਰੇ ਕਹਿਣ 'ਤੇ ਵੀ ਨਹੀਂ ਕਿਤੇ ਮੈਨੂੰ ਕਿਹਾ ਵੀ ਚੱਲ ਹਾਂ ਮੰਮੀ ਆ ਜਾ ਸਾਡੇ ਨਾਲ। ਨਾਲੇ ਮੈਂ ਇੱਥੇ ਦੱਸਣ ਆਇਆ, ਤੈਨੂੰ ਪੁੱਛਣ ਨਹੀਂ ਆਇਆ, ਤੈਨੂੰ ਮੈਂ ਤਾਂ ਦੱਸਣਾ, ਫਿਰ ਤੂੰ ਕਹਿੰਦੀ ਨਹੀਂ ਦੱਸਦਾ ਨੀਗਾ। ਤਾਂ ਅਗਲੀ ਮਜ਼ਾਕ ਬਣਾਉਣ ਦੀ ਮੇਰਾ ਕਿ ਉਹ ਤੈਨੂੰ ਟਿੱਚ ਨਹੀਂ ਜਾਣਦਾ ਅਤੇ ਤੂੰ ਉਹਦੇ ਮਗਰ ਮਗਰ ਘੁੰਮਦੀ ਫਿਰਦੀ ਆ। ਭਾਅ ਜੀ 1 ਨੰਬਰ ਰੂਮ ਕਿਹੜਾ ਜੀ? ਹਾਂਜੀ ਸਰ ਸਾਹਮਣੇ। ਥੈਂਕ ਯੂ। ਸੰਦੀਪ ਠੀਕ ਆ ਤੂੰ? ਹਾਂਜੀ ਭਾਬੀ। ਕੀ ਗੱਲ ਹੋਈ ਸੀ? ਅਸੀਂ ਤਾਂ ਦੋਵੇਂ ਜਾਣੇ ਕੰਮ 'ਤੇ ਜਾਣਦੇ ਸੀ ਅਤੇ ਉਹ ਨਾ ਅਚਾਨਕ ਅੱਗੇ ਗੱਡੀ ਆ ਗਈ। ਮੇਰੇ ਤਾਂ ਚੱਲ ਥੋੜ੍ਹੀ ਸੱਟ ਲੱਗੀ ਆ ਪਰ ਤਜਿੰਦਰ ਦੇ ਜ਼ਿਆਦਾ ਲੱਗ ਗਈ ਆ। ਚੱਲ ਕੋਈ ਗੱਲ ਨਹੀਂ, ਉੱਦਾਂ ਠੀਕ ਆ ਨਾ ਤਜਿੰਦਰ? ਹਾਂਜੀ ਉੱਦਾਂ ਤਾਂ ਠੀਕ ਨੇ, ਡਾਕਟਰ ਹੁਣੇ ਦਵਾਈ ਦੇ ਕੇ ਗਏ ਹੈਗੇ ਅਤੇ ਕਹਿੰਦੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਚੱਲ ਕੋਈ ਨਹੀਂ ਸੰਦੀਪ, ਤੂੰ ਟੈਨਸ਼ਨ ਨਾ ਲੈ, ਆਪੇ ਠੀਕ ਹੋ ਜਾਣਾ ਇਹਨੇ। ਕੁਝ ਖਾਧਾ ਪੀਤਾ ਵਾ ਤੂੰ? ਲਿਆ ਕੇ ਦੇਵਾਂ ਕੁਝ ਬਾਜ਼ਾਰੋਂ? ਨਹੀਂ ਨਹੀਂ ਵੀਰੇ ਮੈਂ ਤਾਂ ਕੁਝ ਨਹੀਂ ਖਾਣਾ। ਚਲੋ ਉੱਦਾਂ ਕੋਈ ਫਰੂਟ ਲਿਆਓ, ਇਹ ਉੱਠਣਗੇ ਤਾਂ ਖਾ ਲੈਣਗੇ। ਚੱਲ ਠੀਕ ਆ, ਮੈਂ ਜਾਂਦਾ ਫਰੂਟ ਲੈ ਆਉਂਦਾ ਅਤੇ ਨਾਲ ਤੇਰੇ ਵਾਸਤੇ ਜੂਸ ਲੈ ਆਉਂਦਾ। ਸੰਦੀਪ ਜੀਤੇ ਵੀਰ ਸੱਟਾਂ ਕਿੱਦਾਂ ਲੱਗੀਆਂ? ਕੀ ਹੋਇਆ ਸੀਗਾ? ਤੁਸੀਂ ਬੋਲਦੇ ਕਿਉਂ ਨਹੀਂ ਕੁਛ ਸਾਰੇ ਜਾਣੇ? ਕੁਛ ਤੇ ਬੋਲੋ। ਤੇ ਨਾਲੇ ਮੇਰੀ ਮੰਮੀ ਕਿੱਥੇ ਆ? ਜਿੰਦਰ ਤੁਹਾਨੂੰ ਸਾਰਾ ਕੁਝ ਯਾਦ ਆ ਗਿਆ? ਕੀ ਹੋਇਆ ਮੈਨੂੰ ਗੱਲ ਤਾਂ ਦੱਸੋ, ਕੀ ਹੋਇਆ ਵਾ? ਤੇ ਜਿੰਦਰ ਤੁਹਾਡੀ ਯਾਦਾਸ਼ ਵਾਪਸ ਆ ਗਈ, ਮੈਨੂੰ ਇੰਨੀ ਬਹੁਤ ਖੁਸ਼ੀ ਹੈ। ਯਾਦਾਸ਼? ਮੈਂ ਤੇ ਹੇਮਕੁੰਡ ਸਾਹਿਬ ਗਿਆ ਸੀ ਨਾ। ਇਹ ਨਾ ਲੰਬੀ ਕਹਾਣੀ ਆ ਤੇ ਤੁਹਾਨੂੰ ਮੈਂ ਘਰ ਜਾ ਕੇ ਦੱਸਾਂਗੀ। ਚੱਲ ਠੀਕ ਆ, ਪਰ ਮੰਮੀ ਕਿੱਥੇ ਆ? ਮੰਮੀ ਘਰੇ ਨੇ, ਤੁਹਾਡੀ ਵੇਟ ਕਰਦੇ ਪਏ ਆ। ਚੱਲ ਠੀਕ ਆ। ਚਲੋ ਤੁਸੀਂ ਹੁਣ ਨਾ ਰੈਸਟ ਕਰ ਲਓ, ਡਾਕਟਰ ਆਉਂਦੇ ਤਾਂ ਫਿਰ ਆਪਾਂ ਉਹਨਾਂ ਨੂੰ ਪੁੱਛ ਕੇ ਛੁੱਟੀ ਲੈ ਕੇ ਘਰ ਜਾਵਾਂਗੇ। ਚੱਲ ਠੀਕ ਆ। ਸੰਦੀਪ ਮੈਂ ਨਾ ਆਇਆ ਬਾਹਰੋਂ ਫਰੂਟ ਲੈ ਆਵਾਂ। ਚਲੋ ਠੀਕ ਆ, ਧਿਆਨ ਨਾਲ। ਜੀ ਹਾਂ ਓਏ, ਉਹ ਤੁਹਾਨੂੰ ਕੰਮ ਕਿਹਾ ਸੀ ਇੱਕ ਨਿਕਲ ਜੀ? ਓਏ ਕੰਮ ਤੇ ਤੇਰਾ ਹੋ ਜਾਏਗਾ, ਤੇ ਐਡਵਾਂਸ ਪੇਮੈਂਟ ਲੈ ਕੇ ਆਇਆ। ਹਾਂਜੀ ਹਾਂਜੀ ਜਨਾਬ। ਚੱਲ ਚੱਲ ਜਲਦੀ ਕਰ, ਆ ਲਓ ਤੁਹਾਡਾ ਐਡਵਾਂਸ, ਤੇ ਕੰਮ ਮੇਰਾ ਹੋਣਾ ਚਾਹੀਦਾ ਜੀ। ਕੰਮ ਤੇਰਾ ਹੋ ਜਾਏਗਾ, ਵੇਖੀ ਜਾ ਤੂੰ, ਕੱਲ ਨੂੰ ਤੈਨੂੰ ਖੁਸ਼ਖਬਰੀ ਮਿਲ ਜਾਏਗੀ। ਮਾਲ ਚੈੱਕ ਕਰ ਲਿਓ, ਵੇਖੀ ਕਿੱਦਾਂ ਪੈਂਦੇ ਨੇ ਉਹਨਾਂ ਦੇ ਘਰਾਂ 'ਚ ਅੱਜ ਕੀਰ ਨੇ। ਠੀਕ ਆ ਠੀਕ ਆ ਸਰ। ਗੱਲ ਸੁਣੋ ਸ਼ੇਰਾ,
ਨਾਲੇ ਗੱਲ ਸੁਣ, ਜਦੋਂ ਕੱਲ੍ਹ ਨੂੰ ਤੇਰਾ ਕੰਮ ਹੋ ਜਾਏ ਨਾ ਤਾਂ ਸਾਡਾ ਇੱਕ ਐਪ ਆ ਉੱਤੇ ਫੀਡਬੈਕ ਜ਼ਰੂਰ ਦਵੀਂ। ਯਾਰ ਬੰਦਾ ਤਾਂ ਕਹਿੰਦੇ ਬੜਾ ਵਧੀਆ ਵਾ, ਚੰਗੇ ਉਸਤਾਦ ਦਾ ਚੰਡਿਆ। ਅੱਜ ਤੱਕ ਜਿਹਦੀ ਜਿਹਦੀ ਸਪਾਰੀ ਲਈ ਇਹਨਾਂ ਨੇ ਕੰਮ ਕੱਢਿਆ ਹੀ ਕੱਢਿਆ ਵਾ। ਬਸ ਹੁਣ ਯਾਰ ਆ ਚਾਚੀ ਵਾਲਾ ਕੰਡਾ ਕਿਤੇ ਕੱਢ ਦੇ ਨਾ ਅਤੇ ਫਿਰ ਸਮਝ ਲਾ ਨਜ਼ਾਰੇ ਵਿਕਿਆ ਨਜ਼ਾਰੇ, ਫਿਰ ਆਊਗਾ ਅਸਲੀ ਮਜ਼ਾ। ਸਾਰੀ ਜਾਇਦਾਦ ਵੀ ਆਪਣੇ ਕੋਲ, ਘਰ ਵੀ ਆਪਣੇ ਕੋਲ, ਅਤੇ ਤਜਿੰਦਰ ਵੀ ਰਾਹ 'ਚੋਂ ਪਾਸੇ। ਹੁਣ ਬਣੂਗੀ ਗੱਲ, ਯਾਰੇ ਆਉਣਗੇ ਵਿਕਿਆ ਨਜ਼ਾਰੇ। ਪਰ ਯਾਰ ਬਾਕੀ ਦਾ 50,000 ਕਿੱਥੋਂ ਅਰੇਂਜ ਕਰਾਂ ਮੈਂ? ਬਸ ਇਹੋ ਗੱਲ, ਇਹੋ ਕੰਮ ਰਹਿ ਗਿਆ। 50,000 ਰੁਪਈਆ ਆਊਗਾ ਕਿੱਥੋਂ? ਇਹੋ ਸਿਆਪਾ ਯਾਰ। ਚੱਲ ਕੋਈ ਨਹੀਂ, ਕਰ ਲੂੰ ਮੈਂ ਉਹਦਾ ਵੀ ਇੰਤਜ਼ਾਮ। ਹੈਲੋ ਹੈਲੋ ਮੰਮੀ, ਆਪਣੇ ਨਾ ਤਜਿੰਦਰ ਦੀ ਯਾਦਾਸ਼ ਵਾਪਸ ਆ ਗਈ ਆ। ਹਾਂਜੀ ਹਾਂਜੀ, ਉਹ ਨਹੀਂ ਇਹਨਾਂ ਗੱਲਾਂ ਨੂੰ ਛੱਡੋ, ਮੈਂ ਘਰ ਆ ਕੇ ਗੱਲ ਦੱਸਣਾ ਤੁਹਾਨੂੰ ਬਾਕੀ ਸਾਰੀ। ਮੈਂ ਜਿਹੜਾ ਬਾਜ਼ਾਰ ਚੱਲਿਆ ਵਾਂ। ਠੀਕ ਹੈ ਠੀਕ ਆ, ਆ ਗਏ ਜੀ। ਹਾਂਜੀ ਬਾਈ, ਜਾ ਰਹੇ ਹੋ? ਬਸ ਹੋ ਗਈ ਛੁੱਟੀ। ਠੀਕ ਹੋ? ਛੁੱਟੀ ਮਿਲ ਗਈ, ਸਰ ਦੱਸ ਗਏ ਹੋਏ ਆ ਮੈਡੀਸਿਨ ਆ, ਠੀਕ ਹੋ? ਅਤੇ ਤੁਹਾਡਾ ਪੈਂਡਿੰਗ ਬਿੱਲ ਵਾ 1980 ਰੁਪਏ। ਅਤੇ ਜਿਹੜੀ ਮੈਡੀਸਨ ਆ ਬਾਹਰੋਂ ਲੈਣੀ ਪਏਗੀ ਉਹਨੂੰ? ਭਾਈ ਮੈਡੀਸਨ ਜਿਹੜੀ ਹੈ ਇਹ ਸਾਰੀ ਸਾਡੇ ਥੱਲੇ ਮਿਲ ਜਾਏਗੀ। ਭਾਈ ਤੁਹਾਡਾ ਬਿੱਲ ਪੈਂਡਿੰਗ ਆ ਥੋੜ੍ਹਾ ਜਿਹਾ, 1980 ਰੁਪਏ। ਗੱਲ ਸੁਣਿਓ ਮੇਰੀ ਇੱਕ ਮਿੰਟ। ਅਸੀਂ ਜੀ ਫੜੀ ਹੈਗੇ ਸੰਦੀਪ ਤੇਰੇ ਕੋਲ ਪੈਸੇ? ਹਾਂਜੀ।
ਲੱਗਦਾ ਤੇ ਉਹ ਮੇਰਾ ਪੁੱਤ ਹੀ ਮੈਨੂੰ, ਪਰ ਬਿੱਕਾ ਮੈਨੂੰ ਉੱਥੋਂ ਖਿੱਚ ਕੇ ਲਿਆਇਆ ਵੀ ਚਾਚੀ ਜੀ ਇਹ ਨਹੀਂ ਤੁਹਾਡਾ ਤਜਿੰਦਰ। ਪਰ ਮਾਂ ਦੀ ਅੱਖਾਂ ਕਦੀ ਧੋਖਾ ਨਹੀਂ ਖਾ ਸਕਦੀਆਂ। ਮੇਰਾ ਤੇ ਦਿਲ ਕਰਨ ਡਿਆ ਵੀ ਮੈਂ ਇਕੱਲੀ ਜਾ ਕੇ ਉੱਥੇ ਜਾਵਾਂ, ਵੇਖ ਕੇ ਆਵਾਂ, ਕੀ ਪਤਾ ਦੀ ਜਾਇਦਾਦ ਵਾਪਸ ਆ ਹੀ ਗਈ ਹੋਵੇ, ਮੇਰਾ ਪੁੱਤ ਮੈਨੂੰ ਪਛਾਣ ਲਵੇ। ਇਕੱਲੀ ਚੱਲ ਜਾਂਦੀ ਹਾਂ, ਬਿੱਕੇ ਨੂੰ ਨਹੀਂ ਦੱਸਦੀ। ਬਿੱਕੇ ਨੇ ਫਿਰ ਕਹਿਣਾ ਚਾਚੀ ਉਹ ਨਹੀਂ ਤੇਰਾ ਪੁੱਤ। ਇਕੱਲੀ ਜਾ ਕੇ ਦੇਖੂੰਗੀ। ਮੈਂ ਇਕੱਲੀ ਹੋ ਨਹੀਂ ਆ, ਕੀ ਪਤਾ ਦੀ ਜ਼ਿਆਦਾ ਵਾਪਸ ਆ ਹੀ ਗਈ ਹੋਵੇ ਅਤੇ ਮੇਰਾ ਪੁੱਤ ਮੈਨੂੰ ਪਛਾਣ ਲਏ। ਇਕੱਲੀ ਜਾ ਕੇ ਆਉਂਦੀ ਮੈਂ। ਮੈਂ ਬਿੱਕੇ ਦੇ ਆਉਣ ਤੋਂ ਨਾ ਪਹਿਲਾਂ ਪਹਿਲਾਂ ਹੋ ਕੇ ਤੇ ਆ ਜਾਂਦੀ ਹਾਂ। ਚਾਚੀ ਤੁਸੀਂ ਕਿੱਥੇ ਚੱਲੇ? ਮੈਂ ਪੁੱਤ ਤਜਿੰਦਰ ਨੂੰ ਵੇਖਣ ਚੱਲੀ ਸੀ, ਸ਼ਾਇਦ ਮੈਂ ਕਿਹਾ ਕਿਤੇ ਮੈਨੂੰ ਪਛਾਣ ਲਿਓ। ਚਾਚੀ ਜੀ ਆਪਾਂ ਸ਼ਾਮਾਂ ਨੂੰ ਚੱਲ ਜਾਂਗੇ, ਕਿੰਨੀ ਧੁੱਪ ਪੈਣ ਡਈ ਤੁਹਾਨੂੰ ਵੀ ਪਤਾ ਵਾ, ਨਾਲੇ ਤੁਸੀਂ ਅੱਗੇ ਠੀਕ ਨਹੀਂ ਰਹਿੰਦੇ, ਮੈਨੂੰ ਤੁਹਾਡੀ ਫਿਕਰ ਲੱਗੀ ਰਹਿੰਦੀ ਹੈ। ਆ ਲਿਓ ਮੈਨੂੰ ਤੁਸੀਂ, ਆਪਾਂ ਸ਼ਾਮ ਨੂੰ ਚੱਲ ਜਾਂਗੇ। ਨਹੀਂ ਪੁੱਤ ਮੈਨੂੰ ਜਾਣ ਦੇ, ਮੈਨੂੰ ਇੱਕ ਵਾਰੀ ਵੇਖ ਆਉਣ ਦੇ, ਮੈਨੂੰ ਜ਼ਰੂਰ ਪਛਾਣੂਗਾ ਉਹ। ਅਤੇ ਕਿੰਨੀ ਖੁਸ਼ੀ ਵਾਲੀ ਗੱਲ ਹੈ ਨਾ ਜੇ ਸਾਡਾ ਵੀਰ ਸਾਨੂੰ ਪਛਾਣੇ, ਮੈਂ ਤਾਂ ਹੀ ਉਹ ਤਾਂ ਕਿਹਾ ਮੈਂ ਨਾਲ ਤੁਹਾਡੇ ਜਾਊਂਗਾ। ਆ ਦਿਓ ਤੁਸੀਂ ਮੈਨੂੰ, ਆਪਾਂ ਮੋਟਰਸਾਈਕਲ 'ਤੇ ਜਾਵਾਂਗੇ ਸ਼ਾਮਾਂ ਨੂੰ। ਇੰਨੀ ਦੂਰ ਤੁਸੀਂ ਜਾਓਗੇ, ਕਿੱਦਾਂ ਜਾਓਗੇ, ਕਿੱਦਾਂ ਆਓਗੇ? ਚਲੋ ਤੁਸੀਂ ਅੰਦਰ ਖੋਲ੍ਹੋ ਲੋਕ, ਆਪਾਂ ਚਲੋ ਇੰਨੀ ਸ਼ਾਮਾਂ ਨੂੰ ਚੱਲ ਜਾਵਾਂਗੇ। ਪੁੱਤ ਮੇਰਾ ਮਨ ਨਹੀਂ ਮੰਨਣ ਡਿਆ, ਮੈਨੂੰ ਜਾ ਲੈਣ ਦੇ ਇੱਕ ਵਾਰੀ। ਅਤੇ ਮੈਂ ਕਿਹੜਾ ਚਾਚੀ ਜੀ ਮਨਾ ਕਰਨ ਡਿਆ, ਤਾਂ ਹੀ ਉਹ ਤਾਂ ਮੈਂ ਕਹਿਣ ਡਿਆ ਆਪਾਂ ਸ਼ਾਮ ਨੂੰ ਇਕੱਠੇ ਚੱਲ ਜਾਵਾਂਗੇ, ਇੰਨੀ ਧੁੱਪ 'ਚ ਖਪਣਾ ਵਾ। ਚਲੋ ਮੈਂ ਖੋਲ੍ਹਦਾ, ਚਲੋ ਆਪਾਂ ਅੰਦਰ ਚੱਲੀਏ। ਤੁਸੀਂ ਚਾਚੀ ਜੀ ਅੰਦਰ ਰੈਸਟ ਕਰੋ, ਮੈਂ ਪਾਣੀ ਲੈ ਕੇ ਆਉਂਦਾ। ਵੇਖ ਬਿਕਿਆ ਯਾਰ, ਇਹ ਤਾਂ ਸਾਰਾ ਕੰਮ ਹੀ ਖਰਾਬ ਹੋ ਜਾਣਾ ਜੇ ਚਾਚੀ ਤਜਿੰਦਰ ਕੋਲ ਚੱਲ ਗਈ। ਆਹਦੇ ਚੰਗੇ ਵੇਲੇ ਤੋਂ ਟਾਈਮ ਨਾ ਆ ਗਿਆ, ਨਹੀਂ ਤਾਂ ਤੇਰਾ ਸਾਰਾ ਖੇਡ ਅੱਜ ਨਾ ਇੱਥੇ ਖਰਾਬ ਹੋ ਜਾਣਾ। ਨਾਲੇ ਮੇਰੇ 'ਤੇ ਉਹ 50,000 ਰੁਪਇਆ ਵੀ ਮਰ ਜਾਣਾ ਜਿਹੜਾ ਮੈਂ ਉਹ ਗੁੰਡੇ ਨੂੰ ਦੇ ਕੇ ਆਇਆ, ਅਤੇ ਉਹਦਾ ਕੀ ਪਤਾ ਉਹ ਕਦੋਂ ਆਵੇ। ਇਹ ਤਾਂ ਕੰਮ ਹੁਣ ਮੈਨੂੰ ਲੱਗਦਾ ਤੈਨੂੰ ਕੱਢਣਾ ਪੈਣਾ, ਨਾਲੇ ਤੇਰੇ ਲਈ ਕਿਹੜਾ ਪਹਿਲਾ ਕੰਮ ਆ, ਹਥਿਆਰ ਹੀ ਛੱਡੇ ਆ, ਚਲਾਉਣੇ ਥੋੜ੍ਹੀ ਭੁੱਲ ਗਏ ਹਾਂ।
ਇਹ ਲੱਗਦਾ ਹੁਣ ਕੰਡਾ ਮੈਨੂੰ ਆਪ ਹੀ ਕੱਢਣਾ ਪੈਣਾ। ਚੱਲ ਪਹਿਲਾਂ ਮੈਂ ਇਹੋ ਕੰਮ ਕਰਾਂ, ਫਿਰ ਕਰਦਾ ਕੁਝ ਹੋਰ। ਚਾਚੀ ਅੱਜ ਤੈਨੂੰ ਪਾਣੀ ਪਿਆਉਂਦਾ ਮੈਂ, ਪਰ ਪਾਣੀ ਤੈਨੂੰ ਆਖਰੀ ਸਾਵਾਂ ਵਾਲਾ ਪਿਆਉਣਾ। ਉਹ ਵਿਕਿਆ ਯਾਰ, ਤੇਰੇ ਕੋਲ ਤਾਂ ਦਵਾਈ ਪਈ ਆ। ਨਾਲੇ ਚਾਚੀ ਕਹਿੰਦੀ ਹੁੰਦੀ ਵੀ ਉਹ ਦਵਾਈ ਖਾ ਕੇ ਮੈਨੂੰ ਨੀਂਦ ਬੜੀ ਆਉਂਦੀ ਆ, ਅਤੇ ਨੀਂਦ ਹੀ ਤਾਂ ਤੈਨੂੰ ਚਾਹੀਦੀ ਆ। ਦਿਨਾ ਮੈਂ ਚਾਚੀ ਨੂੰ ਦਵਾਈ ਅਤੇ ਫਿਰ ਪਾਉਂਦੇ ਕਾਰਵਾਈ। ਚੱਲ ਆ ਜਾਓ ਆਰਾਮ ਨਾਲ। ਭਾਅ ਜੀ ਮੈਂ ਕਹਿੰਦਾ ਪਹਿਲਾਂ ਉੱਧਰ ਜਾਂਦੇ ਯਾਰ, ਮੈਂ ਆਪਣੇ ਘਰ ਜਾਂਦਾ। ਉਹ ਕੋਈ ਗੱਲ ਨਹੀਂ ਭਾਅ ਜੀ, ਤੁਸੀਂ ਪਾਣੀ ਧਾਣੀ ਪੀਓ, ਰੈਸਟ ਕਰੋ, ਅੱਜ ਦਾ ਦਿਨ ਸਵੇਰੇ ਚੱਲ ਜਿਓ। ਉੱਥੇ ਵੀ ਤਾਂ ਮੰਮੀ ਇਕੱਲੇ ਆ, ਰੈਸਟ ਕੀ ਕਰਨੀ ਆ, ਉਹ ਵੀ ਤਾਂ ਮੇਰਾ ਇੰਤਜ਼ਾਰ ਕਰਨ ਦੇ ਹੋਣੇ ਨਾ। ਤਜਿੰਦਰ ਤੁਸੀਂ ਫਿਕਰ ਨਾ ਕਰੋ, ਮੰਮੀ ਇਕੱਲੇ ਨਹੀਂ ਰਹਿਣ ਦੇ ਉੱਥੇ, ਬਿੱਕਾ ਭਾਅ ਜੀ ਨਾਲ ਹੀ ਰਹਿਣ ਦੇ ਆ। ਬਿੱਕਾ ਮੇਰੇ ਤਾਏ ਦਾ ਮੁੰਡਾ? ਹਾਂਜੀ, ਜਦੋਂ ਦਾ ਤੁਹਾਡਾ ਐਕਸੀਡੈਂਟ ਹੋਇਆ ਨਾ, ਤਾਂ ਮੰਮੀ ਨੂੰ ਉਦੋਂ ਦਾ ਉਹ ਹੀ ਸਾਂਭਣ ਦਿਆ ਵਾ, ਉੱਥੇ ਰਹਿੰਦਾ ਮੰਮੀ ਦੇ ਕੋਲ ਹੀ। ਭਾਅ ਜੀ ਕੀ ਗੱਲ ਹੋ ਗਈ, ਤੁਸੀਂ ਇੰਨਾ ਹੈਰਾਨੀ ਨਾ ਕਿਉਂ ਨਾ ਲਿਆ ਵਾ ਦਾ? ਭਾਅ ਜੀ ਤੁਹਾਨੂੰ ਨਹੀਂ ਪਤਾ, ਬਿੱਕਾ ਤਾਂ ਇੱਕ ਨੰਬਰ ਦਾ ਡਿਫਾਲਟਰ ਬੰਦਾ ਆ, ਉਹ ਤਾਂ ਪਹਿਲਾਂ ਜੇਲ੍ਹ ਕੱਟ ਕੇ ਆਇਆ ਵਾ। ਮੈਨੂੰ ਸੱਚੀ ਡਰ ਲੱਗਣ ਡਿਆ, ਉਹ ਕਿਤੇ ਮੰਮੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ। ਤੁਸੀਂ ਗੱਡੀ ਕੱਢੋ, ਆਪਾਂ ਸਿੱਧਾ ਉੱਧਰ ਜਾਂਦੇ ਪਹਿਲਾਂ। ਪਰ ਭਾਅ ਜੀ ਵੇਖਣ ਨੂੰ ਤਾਂ ਇੱਦਾਂ ਦਾ ਨਹੀਂ ਲੱਗਦਾ, ਵੇਖਣ ਨੂੰ ਤਾਂ ਚੰਗਾ ਲੱਗਦਾ ਵਾ। ਯਾਰ ਤੁਸੀਂ ਵੇਖਣ ਦੀ ਗੱਲ ਛੱਡੋ, ਹਾਂ ਬੰਦੇ ਦੇ ਮੂਲ ਥੋੜ੍ਹੀ ਲਿਖਿਆ ਵਾ ਵੀ ਉਹ ਕਿੱਦਾਂ ਦਾ ਆ। ਤੁਸੀਂ ਗੱਡੀ ਕੱਢੋ, ਚਲੋ ਚੱਲਦੇ ਹਾਂ ਆਪਾਂ। ਸਿੰਮੀ ਤੂੰ ਇੱਦਾਂ ਕਰ, ਤੂੰ ਘਰ ਰਹਿ, ਮੰਮੀ ਆਉਣ ਵਾਲੇ ਆ। ਸੰਦੀਪ ਚੱਲ ਤੂੰ ਮੇਰੇ ਨਾਲ, ਭਾਅ ਜੀ ਪਹਿਲੇ ਠੀਕ ਨਹੀਂ ਹੈਗੇ। ਬੈਠੋ ਚਾਚੀ। ਆ ਲਓ ਮੈਂ ਨਿੰਬੂ ਪਾਣੀ ਬਣਾ ਕੇ ਲਿਆ, ਤੁਸੀਂ ਪੀਓ, ਉੱਠੋ। ਆ ਲਓ, ਗਰਮੀ ਬੜੀ ਹੈ। ਨਾਲੇ ਐਵੇਂ ਚਿੰਤਾ ਨਾ ਕਰਿਓ, ਆਪਾਂ ਸ਼ਾਮ ਨੂੰ ਇਕੱਠੇ ਜਾਵਾਂਗੇ ਵੀਰ ਨੂੰ ਮਿਲਣ, ਠੀਕ ਹੈ? ਹੁਣ ਤੁਸੀਂ ਰੈਸਟ ਕਰੋ। ਚੰਗਾ ਫਿਰ, ਮੈਂ ਨੀਂਦ ਜਿਹੀ ਆਉਂਦੀ, ਫਿਰ ਮੈਂ ਘੜੀ ਕੁ ਲੰਮੇ ਪੈ ਹੀ ਲੈਂਦੀ। ਹਾਂ ਕੋਈ ਨਹੀਂ, ਤੁਸੀਂ ਸੌਂ ਜਾਓ।
ਆ ਜਾਓ। ਮੈਨੂੰ ਇੱਕ ਗੱਲ ਦੀ ਸਮਝਣ ਲੱਗੀ ਕਿ ਜੀਤਾ ਵੀਰ ਕਿਉਂ ਚੱਲ ਗਿਆ ਸਾਨੂੰ ਛੱਡ ਕੇ। ਉਹਨਾਂ ਨੇ ਨਾ ਬਾਹਰ ਜਾਣਾ ਵਾ ਤੋ ਕਿਸੇ ਝੰਝਟ ਵਿੱਚ ਨਹੀਂ ਫਸਣਾ ਚਾਹੁੰਦੇ। ਕਦੋਂ ਦੀ ਉਹ ਤਿਆਰੀ ਕਰਨ ਦੇ ਆ ਤਾਂ ਉਹ ਨਹੀਂ ਚਾਹੁੰਦੇ ਕੰਨਾਂ ਦਾ ਬਣਦਾ ਬਣਦਾ ਕੰਮ ਰਹਿ ਜਾਏ। ਆਹੋ ਇਹ ਵੀ ਗੱਲ ਸਹੀ ਆ। ਚਲ ਆ ਯਾਰ ਬੀਕੇ ਨੂੰ ਵੇਖੀਏ। ਚਲੋ ਤੇ ਕੰਮ ਹੋ ਗਿਆ ਵਿਕਿਆ, ਹੁਣ ਤੂੰ ਆਪਣਾ ਕੰਮ ਕਰ ਜਿਹੜਾ ਕਰਨਾ ਹੀ।